ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਾਰੇ ਸਿੰਘਾਂ ਨੂੰ ਅਤੇ ਸਾਰੇ ਸਿੱਖਾਂ ਨੂੰ ਜਿਨ੍ਹਾਂ ਦੇ ਅੰਦਰ ਰੋਸ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਨੂੰ ਲੈ ਕੇ ਭਰਿਆ ਹੋਇਆ ਹੈ ਉਹਨਾਂ ਨੂੰ ਧੰਨਵਾਦ ਕਰਦਾ ਹਾਂ ਕਿ ਉਹਨਾਂ ਨੇ ਇਹ ਉਪਰਾਲੇ ਕੀਤੇ ਹਨ ਸੜਕਾਂ ਤੇ ਆ ਕੇ ਇੱਕ ਆਪਣੀ ਪੰਜਾਬ ਸਰਕਾਰ ਨੂੰ ਜਾਂ ਕਹਿ ਲਓ ਸੈਂਟਰ ਸਰਕਾਰ ਨੂੰ ਜਗਾਉਣ ਦੀ ਜੋ ਮਹੀਮਾ ਇਹ ਲਹਿਰ ਚਲਾਈ ਹੈ ਇਸ ਦੀ ਕਰਕੇ ਮੈਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਇਸ ਅੱਜਕੱਲ ਇਹ ਸਲੈਰਾਂ ਦੀ ਜ਼ਰੂਰਤ ਹੈ ਕਿਉਂਕਿ ਸਰਕਾਰ ਨੇ ਜਾਂ ਕੈਲੋ ਆਪਣੇ ਪੰਜਾਬੀ ਸਰਕਾਰ ਨੇ ਬਾਦਲ ਉਹਨਾਂ ਨੇ ਇਹ ਜਿਹੇ ਚੀਜ਼ਾਂ ਧਰਮ ਨੂੰ ਇੱਕ ਖੇਡ ਬਣਾਇਆ ਹੋਇਆ ਹੈ ਧਰਮ ਨੂੰ ਆਪਣੀ ਉਂਗਲਾਂ ਤੇ ਲਾ ਕੇ ਧਰਮ ਦਾ ਯੂਜ਼ ਕਰਨਾ ਬਹੁਤ ਬਖੂਬੀ ਇਹ ਜਾਣਦੇ ਨੇ ਪਹਿਲਾਂ ਧਰਮ ਦੇ ਨਾਂ ਤੇ ਵੋਟਾਂ ਲੈਂਦੇ ਰਹੇ ਨੇ ਤੇ ਹੁਣ ਧਰਮ ਨੂੰ ਵਿਚ ਪਾ ਕੇ ਜੋ ਅਸਲ ਮੁੱਦੇ ਨੇ ਜਿਨ੍ਹਾਂ ਨੂੰ ਪਹਿਲਾਂ ਚੱਕਿਆ ਗਿਆ ਸੀ ਕਿਸਾਨਾਂ ਦੇ ਮੁੱਦੇ ਤੁਸੀਂ ਸਾਰੇ ਆਪ ਜਾਣਕਾਰੀ ਜਾਣਕਾਰੋਂ ਮਾਫੀ ਦਾ ਮੁੱਦਾ ਉਹਨਾਂ ਨੂੰ ਦਬਾਉਣ ਲਈ ਇੱਕ ਧਰਮ ਦੀ ਅੱਗ ਵਿੱਚ ਲਾ ਦਿੱਤੀ ਹੈ ਕਿ ਲੋਕ ਇਸ ਧਰਮ ਦੀ ਅੱਗ ਦੇ ਵਿੱਚ ਉਲਝ ਜਾਣ ਅਤੇ ਪੁਰਾਣੇ ਜੋ ਅਸਲ ਮੁੱਦੇ ਨੇ ਤਖਤ ਸਾਹਿਬ ਦੀ ਬੇਅਦਬੀ ਦਾ ਜੋ ਮੁੱਦਾ ਹੈ ਜੋ ਕਿਸਾਨਾਂ ਦਾ ਮੁੱਦਾ ਹੈ ਜੋ ਗੰਭੀਰ ਮੁੱਦੇ ਨੇ ਉਹਨਾਂ ਨੂੰ ਰਫਾ ਦਫਾ ਕਰ ਰਿਆ ਜਾ ਸਕੇ ਖੈਰ ਸਾਰੇ ਜਾਣੇ ਸਮਝਦਾਰ ਨੇ ਬਟ ਫਿਰ ਵੀ ਮੈਂ ਇੱਕ ਬੇਨਤੀ ਕਰਨਾ ਚਾਹਾਂਗਾ ਕਿ ਬਾਦਲ ਉਹਨਾਂ ਦਾ ਬਾਈਕਾਟ ਜ਼ਰੂਰ ਕਰਿਓ ਕਿਉਂਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਬਿਲਕੁਲ ਇਹਨਾਂ ਸਾਰੇ ਮੁੱਦਿਆਂ ਤੋਂ ਉੱਚੀ ਹੈ ਇੱਕ ਸਿੱਖ ਲਈ ਗੁਰੂ ਗ੍ਰੰਥ ਸਾਹਿਬ ਕੀ ਰਮਾਇਣਾ ਰੱਖਦੇ ਨੇ ਇਹ ਸਿਰਫ ਸਿੱਖੇ ਨਹੀਂ ਪੂਰੀ ਦੁਨੀਆ ਜਾਣਦੀ ਹੈ ਪਰ ਇਹ ਸੈਂਟਰ ਸਰਕਾਰਾਂ ਦੀਆਂ ਚਾਲਾਂ ਨੇ ਜੀ ਪਿਛਲੇ ਦਿਨੀ ਬਦਲ ਦਾ ਐਲਾਨ ਆਇਆ ਕਿ 1 ਕਰੋੜ ਦਾ ਨਾਮ ਦਿੱਤਾ ਜਾਏਗਾ ਜਿਹੜਾ ਇਹਨਾਂ ਨੂੰ ਦੋਸ਼ੀਆਂ ਨੂੰ ਫੜ ਕੇ ਲਿਆਏਗਾ ਖਾਲਸਾ ਜੀ ਇਹ ਵੀ ਖੇਡ ਹੈ ਜੀ 1 ਕਰੋੜ ਕੀ ਚਾਹੇ 10 ਕਰੋੜ ਦਾ ਨਾਮ ਇਹ ਰੱਖ ਦਵੇ ਕਹਿਣ ਨੂੰ ਕੀ ਜਾਂਦਾ ਜਦ ਕੋਈ ਦੋਸ਼ੀ ਨਹੀਂ ਫੜ ਹੋਣਾ ਕਿਉਂਕਿ ਦੋਸ਼ੀ ਤਾਂ ਇਹੇ ਨੇ ਕਰਾਉਣ ਵਾਲੇ ਤਾਂ ਇਹੇ ਨੇ ਇਹਨਾਂ ਦੇ ਹੀ ਬੰਦਿਆਂ ਨੇ ਸੱਟੇ ਨੇ ਆਪਣੇ ਬੇਅਦਬੀ ਕੀਤੀ ਆ ਗੁਰੂ ਗ੍ਰੰਥ ਸਾਹਿਬ ਦੀ ਦੋਸ਼ੀ ਕਿੱਥੋਂ ਫੜੋਗੇ ਕੋਈ ਦੋਸ਼ੀ ਨਹੀਂ ਮਿਲਣਾ ਹੁਣ ਜਦੋਂ ਇਹਨਾਂ ਦੀ ਨੱਕ 'ਚ ਦਾਮੇ ਹੋ ਗਿਆ ਸਿੱਖ ਸੜਕਾਂ ਤੋਂ ਉੱਠਣ ਨੂੰ ਤਿਆਰ ਨਹੀਂ ਰੈਲੀਆਂ ਕੱਢ ਰਹੇ ਨੇ ਹੁਣ ਇਹਨਾਂ ਦੇ ਨੱਕ 'ਚ ਜਦੋਂ ਧਮ ਹੋ ਗਿਆ ਕੋਈ ਹੀਲਾ ਵਸੀਲਾ ਹੋਰ ਪੁਲਿਸ ਦੇ ਹੱਥ 'ਚ ਨਹੀਂ ਰਿਹਾ ਤਾਂ ਇਹ ਜਾਲੀ ਸਿੱਖੇ ਫੜ ਰਹੇ ਨੇ ਜਾਲੀ ਲੋਕ ਖਰੀਦ ਕੇ ਜੇਲਾਂ ਚ ਡੱਕ ਰਹੇ ਨੇ ਜੀ ਇਹ ਆ ਬੇਦਬੀ ਵਾਲਾ ਇੱਥੇ ਫੜਿਆ ਬੇਦਬੀ ਕੀਤੀ ਇਹਨਾਂ ਨੇ ਜਨਾਨੀਆਂ ਨੇ ਉਰੇ ਫੜ ਲੀਆਂ ਸਭ ਝੂਠ ਨੇ ਖਾਲਸਾ ਜੀ ਮੈਂ ਬੇਨਤੀ ਕਰਨਾ ਚਾਹਾਂਗਾ ਜਿੰਨੇ ਵੀ ਸਿੰਘ ਰੈਲੀਆਂ ਤੇ ਬੈਠੇ ਨੇ ਸੜਕਾਂ ਤੇ ਬੈਠੇ ਨੇ ਪੁਲਿਸ ਮੁਰੇ ਇਹ ਡਿਮਾਂਡ ਨਾ ਰੱਖੋ ਕਿ ਫੜੋ ਦੋਸ਼ੀਆਂ ਨੂੰ ਫੜ ਕੇ ਜੇਲ੍ਹ ਚ ਪਾਓ ਮੁਕੱਦਮਾ ਕਰੋ ਨਾ ਇਹਨਾਂ ਮੁਰੇ ਡਿਮਾਂਡ ਇਹ ਰੱਖੋ ਕਿ ਦੋਸ਼ੀਆਂ ਨੂੰ ਫੜ ਕੇ ਸਾਡੇ ਵਿੱਚ ਸੰਗਤ ਦੇ ਹਵਾਲੇ ਕੀਤਾ ਜਾਵੇ ਜਿਸ ਇਲਾਕੇ ਚ ਜਿਸ ਦੋਸ਼ੀ ਫੜਿਆ ਜਾਂਦਾ ਉਸ ਇਲਾਕੇ ਦੀ ਸੰਗਤ ਦੇ ਜੋ ਰੋਸ ਕਰ ਰਹੀ ਆ ਉਹਦੇ ਹਵਾਲੇ ਕੀਤਾ ਜਾਵੇ ਐਦਾਂ ਕਰਨ ਨਾਲ ਇਹ ਕੋਈ ਜਾਲੀ ਬੰਦਾ ਖਰੀਦ ਨਹੀਂ ਸਕਦੇ ਪਿਆਰਿਓ ਜੀ ਪੈਸੇ ਲਈ ਕੋਈ ਵੀ ਵਿਕ ਸਕਦਾ ਪਰ ਆਪਣੀ ਕੁੱਟਮਾਰ ਕਰਨ ਲਈ ਆਪਣੇ ਸਰੀਰ ਨੂੰ ਆਪਣੀ ਜਾਨ ਨਹੀਂ ਕੋਈ ਵੇਚਦਾ ਕਿ ਮੈਂ ਪੈਸਾ ਲੈ ਕੇ ਮਰਨ ਨੂੰ ਤਿਆਰ ਹੋ ਜਾ ਬਹੁਤ ਕੱਟ ਹੁੰਦੇ ਨੇ ਖਾਲਸਾ ਜੀ ਐਦਾਂ ਦੇ ਮੈਂ ਇਹੀ ਕਹਿਣਾ ਚਾਹਾਂਗਾ ਸਭ ਜਾਣਦੇ ਨੇ ਕਿ ਸਿੱਖਾਂ ਦੇ ਵਿੱਚ ਜੋ ਰੋਸ ਭਰਿਆ ਹੋਇਆ ਹੈ ਜੇ ਇਹ ਸਿੱਖਾਂ ਦੇ ਹੱਥ ਇਹ ਬੰਦੇ ਲੱਗੇ ਜਿਨ੍ਹਾਂ ਨੇ ਬੇਅਦਬੀ ਕੀਤੀ ਹੈ ਉਹਨਾਂ ਦਾ ਕੀ ਹਸ਼ਰ ਹੋਊਗਾ ਇਹ ਬਖੂਬੀ ਹਰ ਕੋਈ ਜਾਣਦਾ ਕੋਈ ਬਾਦਲ ਉਹਨਾਂ ਦੇ ਪੁੱਛੇ ਪੈਸਿਆਂ ਪਿੱਛੇ ਵਿਕਣ ਨਹੀਂ ਲੱਗੇ ਨਾਲੇ ਇਹ ਕਿਹੜੀ ਬਾਦਲ ਉਹਨਾਂ ਨੇ ਐਲਾਨ ਕਰਦੇ ਨੇ 1 ਕਰੋੜ ਕਿਹੜਾ 1 ਕਰੋੜ ਕੀ ਦਾ ਪੈਸਾ ਇਹ ਸਾਡਾ ਪੈਸਾ ਸ਼੍ਰੋਮਣੀ ਅਕਾਲੀ ਦਲ ਦਾ ਪੈਸਾ ਹੈ ਸ਼੍ਰੋਮਣੀ ਕਮੇਟੀ ਦਾ ਪੈਸਾ ਹੈ ਗੁਰਦੁਆਰਾ ਸਾਹਿਬ ਦਾ ਪੈਸਾ ਸੰਗਤ ਦਾ ਪੈਸਾ ਇਹ ਖੇਡਾਂ ਜੋ ਖੇਡ ਰਹੇ ਨੇ ਬਾਦਲ ਉਹਨੀ ਮੇਰੀ ਬੇਨਤੀ ਆ ਹੱਥ ਜੋੜ ਕੇ ਜਿਹੜੇ ਹਜੇ ਵੀ ਬਾਦਲ ਉਹਨਾਂ ਨੂੰ ਵੋਟਾਂ ਪਾਉਂਦੇ ਨੇ ਪੰਥ ਦੇ ਨਾਂ ਤੇ ਸਮਝ ਜੋ ਯਾਰ ਸਮਝ ਜੋ ਬੇਨਤੀ ਆ ਮੇਰੀ ਜਿਹੜੇ ਸ਼ਰਾਬਾਂ ਕਰਕੇ ਇਹਨਾਂ ਨੂੰ ਵੋਟਾਂ ਪਾ ਦਿੰਦੇ ਨੇ ਸਮਝ ਜੋ ਯਾਰ ਨਸ਼ੇ ਵਾੜੇ ਨੇ ਇਹਨਾਂ ਨੇ ਇਹਨਾਂ ਨੇ ਪਿਛਲੇ 84 ਤੋਂ ਲੈ ਕੇ ਹੁਣ ਤੱਕ ਨਸ਼ਾ ਪੰਜਾਬ 'ਚ ਕਾਇਮ ਕੀਤਾ ਹੋਇਆ ਵੀ ਇਹਨਾਂ ਦੀ ਸੁਰਤ ਮਰ ਜੇ ਬਟ ਖੁਸ਼ੀ ਹੁੰਦੀ ਆ ਦੇਖ ਕੇ ਕਿ ਜਦੋਂ ਅੱਜ ਗੁਰੂ ਸਾਡੇ ਗੁਰੂ ਤੇ ਬੇਅਦਬੀ ਹੋਈ ਆ ਤਾਂ ਜੀਨਾਂ ਨੂੰ ਇਹ ਸਮਝਦੇ ਹੋਣਗੇ ਕਿ ਨਸ਼ੇ ਚ ਅਸੀਂ ਪੰਜਾਬ ਗਰਕ ਕਰਤਾ ਹੁਣ ਇਹਨਾਂ ਦੀ ਜਵਾਨ ਨਹੀਂ ਉੱਠਣੀ ਹਜੇ ਵੀ ਉੱਠਦੇ ਨੇ ਹਜੇ ਵੀ ਸੜਕਾਂ ਤੇ ਆਉਂਦੇ ਨੇ ਸਮਝ ਲੈਣ ਇਹ ਸਰਕਾਰਾਂ ਕਿ ਜਿੰਨੇ ਮਰਜੀ ਨਸ਼ੇ ਬਾੜ ਲਓ ਜਦੋਂ ਸਿੱਖ ਦਾ ਜ਼ਮੀਰ ਜਾਗਦਾ ਨਾ ਨਸ਼ਾ ਵੀ ਕੁਝ ਨਹੀਂ ਕਰ ਸਕਦਾ ਉਹਦੇ ਮੂਰੇ ਅਸੀਂ ਕੁਝ ਵੀ ਕਰ ਸਕਦੇ ਆ ਅੱਜ ਵੀ ਅਸੀਂ ਸਰਕਾਰ ਤੇ ਤਖਤ ਹਿਲਾ ਸਕਦੇ ਆ ਸੈਂਟਰ ਸਰਕਾਰ ਨੂੰ ਹਿਲਾ ਸਕਦੇ ਆ ਸਮਝੋ ਵੀਰਿਓ ਤੇ ਇਸੇ ਤਰ੍ਹਾਂ ਰੂਸ ਜਾਰੀ ਰੱਖਣਾ ਚਾਹੀਦਾ ਤੇ ਆ ਜਿਹੜੇ ਇਹ ਬੰਦੇ ਫੜ ਰਹੇ ਨੇ ਮੇਰੇ ਬਿਲਕੁਲ ਜਾਲੀ ਬੰਦੇ ਫੜ ਰਹੇ ਨੇ ਇਹ ਸਿਰਫ ਆਪਣਾ ਰੂਸ ਠੰਡਾ ਕਰਨ ਲਈ ਰੂਸ ਠੰਡਾ ਕਰਾਉਣਾ ਇਹਨਾਂ ਨੂੰ ਕਹੋ ਕਿ ਜਿੱਥੋਂ ਵੀ ਬੰਦਾ ਫੜੋਗੇ ਲਿਆ ਕੇ ਸਾਡੇ ਮੂਹਰੇ ਪੇਸ਼ ਕੀਤਾ ਜਾਵੇ ਆਪਣੀ ਝੂਠੇ ਬੰਦੇ ਫੜ ਕੇ ਜੇਲ੍ਹ ਚ ਡੱਕ ਕੇ ਆਪਣਾ ਰੂਸ ਠੰਡਾ ਕਰ ਦੇਣਗੇ ਪਰ ਕੱਲ ਨੂੰ ਉਹ ਬੰਦੇ ਮਹੀਨੇ ਬਾਅਦ ਕਿਸੇ ਨੂੰ ਕੋਈ ਖਬਰ ਨਹੀਂ ਰਹਿਣੀ ਉਹ ਬੰਦੇ ਕਿੱਥੇ ਗਏ ਇਹਨਾਂ ਦੀ ਬੰਦੇ ਨਹੀਂ ਜੀ ਇਹਨਾਂ ਨੇ ਛੱਡ ਦੇਣੇ ਨੇ ਸੋ ਜੋ ਵੀ ਕੀਤਾ ਜਾਵੇ ਜੋ ਉਸ ਦੇ ਨਾਲ ਹੋਸ਼ ਵੀ ਰੱਖਿਆ ਜਾਵੇ ਤੇ ਇਹੀ ਬੇਨਤੀ ਕਰੂੰਗਾ ਤੇ ਆਪਾਂ ਅਰਦਾਸ ਕਰਾਂਗੇ ਸੱਚੇ ਪਾਤਸ਼ਾਹ ਮੂਰੇ ਸਭ ਨੂੰ ਸੁੱਧ ਬੁੱਧ ਦਵੇ ਸਭ ਕੁਝ ਆਪ ਸਹਾਈ ਹੋ ਕੇ ਕਰੇ ਅਤੇ ਇਹ ਜਿਹਾ ਕਾਨੂੰਨੀਆ ਘਟਨਾਵਾਂ ਤੋਂ ਸਾਨੂੰ ਸਾਨੂੰ ਉੱਠਣ ਦਾ ਇਹਨਾਂ ਦਾ ਵਿਰੋਧ ਕਰਨ ਦੀ ਤਾਕਤ ਦਿੰਦਾ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ